ਲੈ ਟਿਕਣਾ। ਔਰ ਬਈ ਕੀ ਕਰੀ ਜਾਂਦੇ ਹੋ, ਮੱਝਾਂ ਨਵੀਆਂ ਨੇ। ਅੱਛਾ ਤਾਂ ਬੈਠਾ ਬਾਅਦ ਜਦੋਂ ਮੈਂ ਖੇਲਣ ਵਾਲੇ ਪਬਜੀ ਮੋਬਾਈਲ ਲਾਈਟ, ਤੋ ਦੁਬਾਰਾ ਸੋ ਕੱਲ੍ਹ ਫਰੀ ਫਾਇਰ ਖੇਲੀ ਸੀ, ਫਰੀ ਫਾਇਰ ਥੱਗ ਲਾਈ ਸੀ। ਤੋ ਯਾਰ ਉਸ ਤੋਂ ਜੋ ਹੈ ਨਾ ਮੇਰੇ ਨੂੰ ਬੜਾ ਮੁਸ਼ਕਲ ਆ, ਅੱਜ ਇੱਕ ਅੱਛੇ ਸਿਰ ਸਕਰੀਨ ਦੇ ਕੋਲ ਸਾਹਮ ਨਾ ਆ ਕੇ ਵੀ ਆ ਹਾਜ਼ਰ, ਠੀਕ ਹੈ। ਔਰ ਯਾਰ ਬੈਟਰ ਰੋਇਲ ਮੇਰੇ ਰੱਖੇ ਨੇ, ਮੈਂ ਲਗਾਉਣੀ ਚਾਹੀਏ ਸਕੋਡ ਮੈਂ, ਉਸਕੇ ਬਾਅਦ ਸਟਾਰਟ ਕਰਤੇ ਹੈ ਮੈਚ ਕੋ। ਔਰ ਮੈਚ ਮੇਕ ਹੋ ਰਿਹਾ ਤਾਂ ਭਾਈ ਸਾਹਿਬ ਯਾਰ ਮੈਂ ਬਾਤ ਕਰਨੀ ਸੀ, ਆ ਗੇਮ ਖੇਲਦੇ ਖੇਲਦੇ ਆਪਕੇ ਸਾਥ ਟਿਕਟੋਕ ਕੇ ਬਾਗੜ ਬਿੱਲੇ ਕੀ, ਯਾਨੀ ਕਿ ਜਿਸਕਾ ਆਪ ਜਾਣਤੇ ਹੀ ਟਿਕਟੋਕ ਕਾ ਬਾਗੜ ਬਿੱਲਾ, ਟਿਕਟੋਕ ਕਾ ਬਾਗੜ ਬਿੱਲ, ਟਿਕਟੋਕ ਕਾ ਬਾਗੜ ਬਿੱਲਾ ਯਾਰ, ਵੋ ਜੋ ਮੂਛੋਂ ਕੇ ਸਾਥ ਯੂਸਫ ਪਠਾਨ। ਪਹਿਲੇ ਯਾਰ ਲੋਕਾਂ ਨੇ ਮੁੰਜੇ ਕਹਾ ਕਿ ਯਾਰ ਯੂਸਫ ਪਠਾਨ ਕੇ ਬਾਰੇ ਮੈਂ ਆਪ ਜਾਣਤੇ, ਯਾਰ ਮੈਂ ਸਮਝਾ ਕੋਈ ਯੂਸਫ ਪਠਾਨ ਕੋਈ ਵੋ ਕ੍ਰਿਕਟਰ ਨਹੀਂ ਹੋਤਾ ਥਾ ਕਿ ਯੂਸਫ ਪਠਾਨ, ਮੈਂ ਉਸਕੋ ਸਮਝ ਬੈਠਾ ਯਾਰ। ਲੇਕਿਨ ਜਬ ਮੈਂ ਉਹਨਾਂ ਨੇ ਬੋਲਾ ਨਹੀਂ ਨਹੀਂ ਯਾਰ ਟਿਕਟੋਕ ਵਾਲਾ ਯੂਸਫ ਪਠਾਨ ਹੈ, ਅਤੇ ਬਾਈ ਜਬ ਮੈਂ ਟਿਕਟੋਕ ਔਨ ਕੀ ਯੂਸਫ ਪਠਾਨ ਲਿਖਾ ਤਾਂ ਮੈਨੇ ਦੇਖਾ ਕਿ ਇੱਕ ਬਾਗੜ ਬਿੱਲਾ ਮੇਰੀ ਤਰਫ ਦੌੜਤਾ ਹੁਆ ਆ ਰਹਾ ਹੈ। ਮੈਨੇ ਉਸਕੋ ਦੇਖ ਕੇ ਫੌਰੀ ਡਰ ਕੇ ਨਾ ਮੋਬਾਈਲ ਬੰਦ ਕਰ ਦਿਆ, ਮੈਨੂੰ ਤਾਂ ਕਈਆਂ ਵੀ ਵੱਢ ਵੁੱਢ ਦੇਗਾ ਹੈ। ਉਸਕੇ ਬਾਅਦ ਯਾਰ ਮੈਨੇ ਥੋੜ੍ਹੀ ਜਿਹੀ ਹਿੰਮਤ ਮਾਰੀ ਔਰ ਜੋ ਹੈ ਨਾ ਵੀਡੀਓ ਫਿਰ ਔਨ ਕੀ ਮੋਬਾਈਲ, ਆਵਾਜ਼ ਸਲੋ ਕਰਕੇ ਮੋਬਾਈਲ ਦੂਰ ਰੱਖ ਦਿਆ ਔਰ ਦੂਰ ਵੀ ਦੇਖਣੇ ਲੱਗ ਗਿਆ ਬਾਈ ਸਾਹਿਬ, ਓਏ ਹੋਰ ਬਾਗੜ ਬਿੱਲਾ ਮੇਰੀ ਤਰਫ ਦੌੜਤਾ ਆ ਰਹਾ ਥਾ। ਇਸਕੇ ਅੰਦਰ ਮੈਂ ਸ਼ੋਰਟ ਵੀਡੀਓ ਲਗਾਊਂਗਾ ਉਸਕੀ, ਤੋ ਭਾਈ ਸਾਹਿਬ ਕੋਈ ਬਹੁਤ ਹੀ ਨਾ ਅੱਛੇ ਕਿਸਮ ਕਾ ਬੰਦਾ ਹੈ। ਅੱਛਾ ਦੇਖੋ ਇਸਕੀ ਸਿੰਪਲ ਵੀਡੀਓਜ਼ ਵੀ ਹੈ, ਉਹ ਵੀ ਮੈਂ ਆਪਕੋ ਦਿਖਾਊਂਗਾ। ਉਸ ਸਿੰਪਲ ਵੀਡੀਓਜ਼ ਮੈਂ ਵੀ ਤਾਂ ਅੱਛਾ ਲੱਗ ਰਿਹਾ, ਲੇਕਿਨ ਨਹੀਂ ਮੈਨੂੰ ਯਾਦ ਆਇਆ ਕਿ ਮੈਨੂੰ ਉਸਕੋ ਹੈ ਟਿਕਟੋਕ ਕਰਨੀ ਕਰਨੀ ਹੈ, ਆਪਣੇ ਜੈਸੇ ਪੁੱਟੇ ਪੁੱਟੇ ਗਾਣਾ ਪਏ ਜੋ ਹੈ ਨਾ ਕੰਮ ਕਰਤੇ ਹੈ। ਤੋ ਭਾਈ ਮੇਰੇ ਖਿਆਲ ਗੇਮ ਸਟਾਰਟ ਹੋ ਗਈ ਹੈ, ਪਹਿਲੇ ਗੇਮ ਕੀ ਬਾਤ ਕਰ ਰਹੇ। ਔਰ ਇੱਕ ਬਾਤ ਯਾਦ ਰੱਖਣੀ ਹੈ, ਅਗਰ ਮੈਂ ਫੋਲੋ ਕਰ ਲਿਆ ਯਾਰ ਕੋਈ ਨਹੀਂ, ਫੋਲੋ ਕਰਨੇ ਕਾ ਫਾਇਦਾ ਇਹ ਹੁੰਦਾ ਹੈ ਕਿ ਬੰਦਾ ਜੋ ਹੈ ਨਾ ਉਸ ਵੈਸੇ ਫੋਲੋ ਕਰਨਾ ਤਾਂ ਨਹੀਂ ਤਾਂ ਮੈਨੇ ਉਹਦਾ ਮੇਰੇ ਸਾਥ ਤਾਂ ਮੁਸਾ ਮੇਰੇ ਸਾਥ ਬਦਲਾ ਗਰਲ ਠੀਕ ਹੈ। ਹਮ ਲੋਕ ਬਦਲਾ ਗਰਲ ਕੋ ਫੋਲੋ ਕਰ ਰਹੇ ਹਾਂ ਔਰ ਤਕਰੀਬਨ 550 ਜਾ ਰਹੇ ਨੀਚੇ, ਔਰ ਬਸ ਇਹ ਕੁਛ ਲੋਕ ਨੀਚੇ ਉਤਰ ਵੀ ਗਏ ਹੈ, ਦੀਵਾਰ ਸੇ ਉਧਰ ਨਾ ਕਰ ਦੇਣਾ ਕੋਈ ਵੀ ਦੇਖ ਰਹੀ ਪਾਗਲ ਆਦਮੀ ਹੈ। ਗ੍ਰੇਨੇਡ ਤੋਂ ਆਗੇ ਲੇਕਿਨ ਗਨ ਨਹੀਂ ਹੈ ਯਾਰ, ਸਰ ਕੋ ਗਨ ਦੇਖਣ ਤੋਂ ਦੇਖਣ ਤੋਂ ਬਹੁਤ ਯਾਰ ਮੇਰਾ ਕੋਈ ਜੋ ਬੰਦਾ ਹੈ ਨਾ ਮੇਰੇ ਪਾਸ ਵੀ ਉਹ ਕੋਈ ਮਰ ਗਿਆ, ਤਾਂ ਮੈਨੂੰ ਲੱਗਦਾ ਵੀ ਐਨਮੀ ਮੇਰੀ ਐਨਮੀ ਐਨਮੀ ਡਾਊਨ ਉਹ ਇਹ ਮਿਲ ਗਈ ਕੰਮ ਮੈਨੂੰ ਉਹ ਆਹ ਆਹ ਮੈਨੂੰ ਮੇਰੇ ਛੱਡਣਾ ਕਸਮੇ ਵੀ ਪੁੱਤਰ ਆ ਹੁਣ ਹੁਣ ਤੈਨੂੰ ਦੱਸਣਾ ਤੇਰਾ ਅੱਬਾ ਕੌਣ, ਆ ਜਾ ਮੇਰਾ ਪੁੱਤ ਆ ਜਾ ਆ ਜਾ ਓਏ ਕਿੱਥੇ ਆ ਹੁਣ ਆ ਜਾ ਮੇਰਾ ਪੁੱਤ ਕੱਕਾ ਬਾਹਰ ਆ ਤੇਰਾ ਸਿਰਫ ਦਿਮਾਗ ਖਰਾਬ ਹੈ ਕੱਕਾ ਹੁੰਦਾ ਹੀ ਖਰਾਬ ਹੁੰਦੀ ਹੈ ਆਪਾਂ ਨੂੰ ਮਿਲ ਜਾਵੇ ਇਸ ਫਕੀਰ ਕੋਲ ਵੀ ਨਹੀਂ ਨਾ ਕੰਡੀਆਂ ਗੋਲੀਆਂ ਨਹੀਂ ਸੀ ਆ ਗਈਆਂ, ਇਹਦਾ ਮਤਲਬ ਕਿ ਅਸੀਂ ਦੋਵੇਂ ਫਕੀਰ ਹਾਂ ਹਾਂ ਯਾਰ ਉਹ ਧਮਾਕੇ ਹੋਣ ਲੱਗ ਪਏ ਯਾਰ, ਮੈਨੂੰ ਲੱਗਦਾ ਆਪਾਂ ਨੂੰ ਲੱਗਦਾ ਆਪਾਂ ਜਿਹੜਾ ਨਾ ਭੱਜਣਾ ਪੈਣਾ ਵਾ ਉਹਨੂੰ
ਏਡੇ ਭੈੜੇ ਤਾਂ ਮੈਂ ਕਿਤੋਂ ਬਤ ਬੜੋ ਯਾਰ, ਇਹ ਕਿਹੜੀ ਗੱਲ ਹੈ? ਆਪਣੇ ਕੋਲ ਕੋਈ ਵੈਪਨ ਹੀ ਨਹੀਂ ਹੈਗਾ, ਯਾਨੀ ਇਹਦਾ ਮਤਲਬ ਆਪਣੀ ਕੋਈ ਇੱਜ਼ਤ ਨਹੀਂ ਹੈਗੀ, ਹੈ ਨਾ? ਇਹਦਾ ਤਾਂ ਇਹੀ ਮਤਲਬ ਹੋਇਆ ਨਾ। ਕੋਈ ਬੰਦਾ ਮਾਰੋ ਯਾਰ, ਮੈਨੂੰ ਵੀ ਕੋਈ ਵੈਪਨ ਦੇਵੋ ਯਾਰ, ਮੈਂ ਬੜਾ ਗਰੀਬ ਆਦਮੀ ਹਾਂ। ਕਿਸ ਨੇ ਛੱਡੀ ਪੈਂਤ ਪੂਕ ਲੈ, ਬਾਕੀ ਸਿਆਲਕੋਟ ਪਿੱਛੇ ਪਿੱਛੇ ਤੁਰਦੀ ਆ ਫੇਰ ਮਜ਼ੇ ਕਰ। ਅੱਛਾ ਤੇ ਬਾਈ ਸਾਹਿਬ ਟਿਕਟੋਕ ਬਗੜ ਬਿਲੇ ਮੇਰੀ ਤੇ ਬਸ ਬਸ ਆਇਆ, ਇਹਨੇ ਦੂਰ ਬੀਨ ਤੇ ਦੂਰ ਤੇ ਦੇਖ ਟਿਕਟੋਕ ਬਗੜ ਬਿਲੇ ਕੋ। ਯਾਰ ਨੂੰ ਖੰਡੀ ਕੋ ਜਾਣਦੇ ਹੋ? ਹੈਂ ਆਪਕਾ ਦੋਸਤ ਫਿਆਸ ਮਸਲੀ? ਯਾਰ ਆਪ ਲੋਕ ਫਿਆਸ ਮਸਲੀ ਕਰਨੇ ਜਾਣਦੇ ਹੋ? ਇਹ ਤਾਂ ਬਾਤ ਹੈ ਜਿਹੜਾ ਕਹਿੰਦਾ ਪਿੱਛੇ ਪਿੱਛੇ ਤੂੜੀ। ਅੱਛਾ ਫਿਆਸ ਮਸਲੀ ਕੋ ਛੋੜੋ, ਫਿਆਸ ਮਸਲੀ ਕੋ ਆਪ ਲੋਕ ਛੋੜ ਦੋ। ਅੱਛਾ ਮੈਨੂੰ ਲੱਗਦਾ ਹਮ ਲੋਕ ਨੇ ਨਾ ਗਰਲ ਸਕਾਊਟ ਜੁਆਇਨ ਕਰ ਲਿਆ, ਬਲਕਿ ਹਮਨੇ ਕੀਆ ਨਹੀਂ ਹੈ, ਉਹ ਵੀ ਕਿੱਥੇ ਹੋ। ਦੇਖਾ ਅੱਲਾ ਅੱਲਾ ਕਰਕੇ ਤਾਂ ਮੈਨੂੰ ਇੱਕ ਫਕੀਰ ਕੋ ਮਾਰਿਆ, ਕਾਕਾ ਪਿੱਛੇ ਆ। ਲੈਟਸ ਗੋ, ਭੱਜੋ ਭੱਜੋ ਯਾਰ, ਕਾਕਾ ਮੇਰਾ ਪੁੱਤ ਦੌੜੀ ਆਇਆ। ਅੱਛਾ ਤਾਂ ਬਾਈ ਅਭੀ ਤੱਕ ਇੱਕ ਹੀ ਕਿਲ ਹੋ ਸਕੇ। ਓਏ ਹੋਏ ਹੋਏ ਹੋਏ, ਇਹ ਕੀ ਹੋ ਗਿਆ? ਕੌਣ ਹੈ ਕੌਣ ਹੈ ਕੌਣ ਹੈ ਕੌਣ ਹੈ ਕੌਣ ਹੈ ਕੌਣ ਹੈ? ਐਨਮੀ ਡਾਊਨ, ਮਾਰਨੇ ਤੋਂ ਮੈਂ ਨਹੀਂ ਹੈ। Enemy down. ਇਹ ਤਾਂ ਗਲਤ ਸੀਨ ਹੋ ਗਿਆ ਹੈ ਨਾ। ਚਲ ਅਬ ਹਮੇ ਕੋਈ ਦੇਗਾ ਉਹ ਰਿਵਾਈਵ ਰਿਵੂਵ? ਮੁਝੇ ਨਹੀਂ ਲੱਗਦਾ ਕੋਈ ਦੇਗਾ। ਕਾਕਾ ਕਹੋ ਯਾਰ, ਮੈਂ ਫੋਨ ਕਰਾਂ। Thank you.
अभी तक 18 लाइफ थे, तो यार अगर ये हम लोग श्रिंक में ना आते तो ये देखो ये बंदा खेल रहा है, मैंने नहीं अब इसकी वीडियो रिकॉर्ड करनी। तो भाई साहब मैं आपसे यही कहना चाहता हूँ वीडियो को लाइक कर दें, अच्छी तो आपको लगी होनी है, अच्छी तो आपको लगी होनी है। उसके बाद जो है ना आपने एक और काम करना है, जो दूसरा काम आपने करना है ना वो आपने करना है चैनल को सब्सक्राइब और बेल आइकन को लाजमी नहीं करना है। आप जानते ही हैं ना बेल आइकन को दबाना बहुत ज़रूरी है यार, बहुत ज़रूरी, एक्सट्रा ज़रूरी। अच्छा तो आखिर में मैं कहना चाहता हूँ दिस इज़ एक्चुअली गेमिंग साइनिंग ऑफ, अल्लाह हाफिज़।